ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆ ਆ ਨੂੰ ਚੱਲ ਰਹੇ ਵਿਆਹ 'ਚ ਮੁੰਡੇ ਵਾਲਿਆਂ ਨੇ ਫੇਰਾ ਤੋਂ 5 ਮਿੰਟ ਪਹਿਲਾਂ ਰੱਖ ਦਿੱਤੀ ਇਹ ਮੰਗਾ ਜੀ ਆ ਕੁੜੀ ਵਾਲਿਆਂ ਨੇ ਬਰਾਤਿਆਂ ਦਾ ਛਾੜ ਦਿੱਤਾ ਕੁਟਾਪਾ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਦੋਵਾਂ ਤਿਰਾਂ ਦੇ ਵਿੱਚ ਝਗੜ ਹਿਤ ਤੋਂ ਬਾਈ ਹੋਗੀ ਜਾਣਕਾਰੀ ਮੁਤਾਬਿਕ ਹਰਿਆਣਾ ਦੇ ਹਿਸਾਰ ਚ ਰਿਸ਼ੀ ਨਗਰ ਤੋਂ ਹਾਂਸੀ ਮੰਡੀਆਂ ਵਿੱਚ ਵਿਆਹ ਸਮਾਗਮ ਦੌਰਾਨ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹੱਥੋ ਪਾਈ ਤੱਕ ਗੱਲ ਪਹੁੰਚ ਗਈ ਇਸ ਦੌਰਾਨ ਵਿਆਹ ਵਾਲੇ ਪੈਲਸ ਸਿੱਖ ਦੂਜੇ ਉੱਪਰ ਕੁਰਸੀਆਂ ਮੇਜ਼ ਭਰਾਏ ਗਏ ਜਿਸ ਦੇ ਚੱਲਦੇ ਹੋਏ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਦਾਸ ਦੀ ਮੰਗ ਕੀਤੀ ਗਈ ਸੀ ਤੇ ਇਸ ਮੰਗ ਨੂੰ ਜਦੋਂ ਉਹਨਾਂ ਵੱਲੋਂ ਨਾ ਮੰਨਿਆ ਗਿਆ ਤਾਂ ਲੜਕੇ ਵਾਲਿਆਂ ਨੇ ਉਹਨਾਂ ਨਾਲ ਹੱਥੋ ਪਾਈ ਕੀਤੀ ਦੇਖਦੇ ਹੀ ਦੇਖਦੇ ਹੱਥੋਂ ਪਾਈ ਇੰਨੀ ਜ਼ਿਆਦਾ ਵੱੱਦ ਗਈ ਜਿਸ ਕਾਰਨ ਵਿਆਹ ਨੂੰ ਤੋੜਨਾ ਪਿਆ ਉੱਥੇ ਹੀ ਇਹਸ ਕਾਰਨ ਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਸੰਬੰਧੀ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ